ਜ਼ਿੰਦਗੀ ਤਮਾਸ਼ਾ ਬਣੀ ਦੁਨੀਆ ਦਾ ਹਾਸਾ ਬਣੀ ਜ਼ਿੰਦਗੀ ਤਮਾਸ਼ਾ ਬਣੀ ਹਾਈ ਵਰਸ ਅਸਲਾਮ ਅਲੈਕੁਮ ਮੈਂ ਤੁਹਾਡੀ ਬਬਲੀ ਉਫ ਮੁਸ਼ਤਾਕ ਪ੍ਰੋਗਰਾਮ ਜਲ ਥਲ ਦੇ ਨਾਲ ਹਾਜ਼ਰ ਹਾਂ ਅਤੇ ਤੁਹਾਨੂੰ ਸਲਾਮ ਅਰਜ਼ ਕਰਨੀ ਆ ਸਾਰੇ ਚਾਹਣ ਵਾਲਿਆਂ ਨੂੰ ਸਾਨੂੰ ਪਿਆਰ ਕਰਨ ਵਾਲਿਆਂ ਨੂੰ ਪਹਿਲੇ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਅਤੇ ਤੁਹਾਡੇ ਇੰਨੇ ਕੁ ਮੈਸੇਜ ਆਏ ਨੇ ਕਿ ਮੇਰਾ ਮੋਬਾਈਲ ਪਾਟਣ ਵਾਲਾ ਹੋ ਗਿਆ ਯਕੀਨ ਕਰਨਾ ਕਿ ਤੁਹਾਡੀਆਂ ਇੰਨੀਆਂ ਕੁ ਕਾਲਾਂ ਮੈਨੂੰ ਆਈਆਂ ਨੇ ਹਾਲਾਂਕਿ ਮੈਂ ਨੰਬਰ ਦਿੱਤਾ ਨਹੀਂ ਸੀ ਪਤਾ ਨਹੀਂ ਤੁਸੀਂ ਨੰਬਰ ਕਿੱਥੋਂ ਲੱਭ ਲਿਆ ਜੀ ਯਕੀਨ ਕਰ ਤੁਸੀਂ ਬੜੇ ਖੁਸ਼ ਚਲੋ ਤੁਸੀਂ ਤਾਂ ਮੇਰੇ ਘਰ ਦਾ ਐਡਰੈਸ ਵੀ ਲੈ ਲਿਆ ਮੇਰੇ ਘਰ ਦੇ ਬਾਅਦ ਲਾਈਨਾਂ ਲੱਗੀਆਂ ਨੇ ਕਿ ਇਹ ਪ੍ਰੋਗਰਾਮ ਤੁਸੀਂ ਬਬਲੀ ਜੀ ਸ਼ੁਰੂ ਕਰਕੇ ਸਾਡੇ ਦਿਲ ਦੀ ਆਵਾਜ਼ ਅਰਬਾਬ ਇਖਤਿਆਰ ਤੱਕ ਪਹੁੰਚਾਈਏ ਜਿਹੜੀ ਗੱਲ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਮੌਜੂ ਬਣਾਉਣਾ ਚਾਹੁੰਦੀ ਹਾਂ ਪ੍ਰੋਗਰਾਮ ਦਾ ਮੌਜੂ ਇਹ ਵੇ ਕਿ ਮਹਿੰਗਾਈ ਨੇ ਸਾਡੇ 'ਤੇ ਕੀ ਅਸਰਾਤ ਕੀਤੇ ਨੇ ਅਤੇ ਸਾਡੇ ਦੋ ਗੈਸਟ ਨੇ ਉਹੀ ਨੇ ਇੱਕ ਸਾਡੇ ਨਾਲ ਸਾਡੀ ਬਰਾਦਰੀ ਦੀ ਇੱਕ ਗੈਰ ਬਰਾਦਰੀ ਦੀ ਇੱਕ ਤਾਂ ਸਟੇਜ ਦੀ ਨਾਮਵਰ ਫਨਕਾਰਾ ਅਨੀਸ਼ਾ ਜੀ ਨੇ ਅਤੇ ਦੂਸਰੇ ਸਾਡੇ ਫਨਕਾਰਾਂ ਨੇ ਅਦਰੀਸ ਸਾਹਿਬਾ ਨਹੀਂ ਅਦਰੀਸ ਨਹੀਂ ਹੁਣ ਮੇਰਾ ਨਾਮ ਸਹੀਦ ਹੈ ਮੈਂ ਇਹਦੇ ਪੂਰੇ ਟੱਬਰ ਨੂੰ ਫਸਾ ਦੇਣਾ ਚਿਕਨ ਕਰਕੇ ਨਾ ਖਾਨਦਾਨ ਤੇ ਤੂੰ ਮਗਰ ਪਈ ਏ ਇਹਦੇ ਖਾਨਦਾਨ ਦੇ ਕੋਲੋਂ ਮੈਂ ਇੰਤਕਾਮ ਲੈ ਰਹੀ ਹਾਂ ਪਿੱਛੇ ਪੈ ਗਈ ਸਾਡਾ ਇੱਕ ਗੁਰੂ ਸੀ ਇਹਨਾਂ ਦੇ ਘਰ ਗਿਆ ਇਹਨਾਂ ਦੇ ਘਰ ਕਾਕਾ ਹੋਇਆ ਸੀ ਇਹਨਾਂ ਦੇ ਘਰ ਵਧਾਈ ਮੰਨਣ ਅੱਛਾ ਇਹਨਾਂ ਮਰ ਜਾਣਿਆਂ ਨੇ ਉਹਦੇ ਉੱਤੇ ਪਾਇਆ ਤਤਾ ਪਾਣੀ ਹਾਏ ਮਰ ਗਈ ਸਾਡੇ ਗੁਰੂ ਦੇ ਹਾਂ ਉਹਦੀ ਸਕਿਨ ਸੜ ਗਈ ਉਹਨੇ ਤੇ ਮੈਂ ਬਦਲੇ ਲੈਣ ਦੇ ਅੱਲਾਹ ਬੇ ਮਾਫ ਕਰੇ ਲੱਕ ਸੜ ਗਿਆ ਉਹਨੇ ਸਾਡੇ ਗੁਰੂ ਉਹ ਤੇ ਗਾਉਂਡਿਆ ਸੀ ਕੰਡੇ ਛਿੱਲੀ ਗਈ ਸਜਣਾ ਵੇ ਕੰਡੇ ਛਿੱਲੀ ਗਈ ਨੋ ਪ੍ਰੋਬਲਮ ਤੁਸੀਂ ਹੋਂਟਾ ਉੱਤੇ ਜੰਦੇ ਰੇ ਲਾਲ ਤੂੰ ਕੁਝ ਨਾ ਕਹੋ ਮਿਲੇਗਾ ਜ਼ੁਲਮ ਦਾ ਬਦਲਾ ਮਿਲੇਗਾ ਜ਼ੁਲਮ ਦਾ ਬਦਲਾ ਬਸ ਬਈ ਇਸ਼ਾਰਾ ਖੋਲ ਗਏ ਬਸ ਇੱਕ ਮਿੰਟ ਜ਼ਰਾ ਮਹਿੰਗਾਈ ਨੇ ਨਿਸ਼ਾ ਜੀ ਤੁਹਾਡੇ ਤੇ ਕੀ ਅਸਰਾਤ ਮਰਤਬ ਕੀਤੇ ਨੇ ਲੈ ਇਹਨਾਂ ਨੂੰ ਮਹਿੰਗਾਈ ਨਾਲ ਕੀ ਪੱਲਿਓਂ ਖਾਂਦੀਆਂ ਹੁਣ ਤੇ ਫੇਰ ਹੀ ਉਹ ਹੈਲੋ ਤੂੰ ਖਾਣੀ ਸਾਨੂੰ ਐਡੀਆਂ ਗੱਲਾਂ ਕਰ ਚੱਲ ਨਹੀਂ ਨਹੀਂ ਮੈਂ ਸਮਝ ਕਿ ਮਹਿੰਗਾਈ ਨੇ ਤੁਹਾਡਾ ਤੁਹਾਡੀ ਕਮਰ ਤੋੜੀ ਮੇਰੀ ਗੱਲ ਸੁਣੋ ਮੇਰੀ ਕਮਰ ਤੇ ਬਿਲਕੁਲ ਠੀਕ ਹੈ ਪਰ ਮੇਰੇ ਬੰਦੇ ਦੀ ਕਮਰ ਟੁੱਟ ਗਈ ਜੀ ਹਾਏ ਕਮਾ ਕੇ ਕੀ ਅਸਰਾਤ ਕਮਾ ਕੇ ਨਹੀਂ ਖਵਾ ਕੇ ਅੱਛਾ ਆਈ ਐਮ ਸੌਰੀ ਤੁਹਾਡੇ ਤੇ ਮਹਿੰਗਾਈ ਨੇ ਕੀ ਅਸਰ ਕੀਤਾ ਬਾਜੀ ਮਹਿੰਗਾਈ ਨੇ ਇੰਨਾ ਬੇੜਾ ਗਰਕ ਕਰ ਦਿੱਤਾ ਅੱਜ ਤੋਂ 4-5 ਸਾਲ ਪਹਿਲਾਂ ਮੇਰੇ ਤੇ ਵੇਲ ਹੁੰਦੀ ਸੀ 100-100 ਰੁਪਏ ਦੀ ਅੱਛਾ ਹੁਣ ਤੇ ਮਰ ਜਾਣੇ 10-10 ਦੇ ਨੋਟ ਦਿੰਦੇ ਬੋਰਾ ਭਰ ਜਾਂਦਾ ਤੇ ਘਰ ਆਓ ਤੇ 2700 ਰੁਪਇਆ ਹੁੰਦਾ ਹੀ ਸਾਰਾ ਫਿੱਟੇ ਮੂੰਹ ਘੜੇ ਕਰਾਸੂ ਯਕੀਨ ਕਰ ਹੁਣ ਤੇ ਠੀਪੇ ਨਿਕਲ ਆਏ ਨੇ ਤਾਂ ਅਸੀਂ ਵੀ ਪਾਬੰਦੀ ਕਰਨੀ ਕਿ ਠੀਪੀਆਂ ਤਾਂ ਲਾ ਦਿਓ ਇਹ ਉਂਠੀ ਠੀਪਾ ਮਾਰਦੇ ਨੇ ਤੇ ਮੇਰੀ ਛੋਟੀ ਭੈਣ ਉਹਦੀ ਅੱਖ ਨਿਕਲ ਗਈ ਯਕੀਨ ਕਰ ਮੈਂ ਕਹਿੰਦਾ ਮਹਿੰਗਾਈ ਨੇ ਇੰਨੀ ਅੱਤ ਚੁੱਕ ਦਿੱਤੀ ਮੈਂ ਕੱਲ ਸੇਬ ਲਿਆਉਂਦੇ ਨੇ ਅੱਛਾ ਐਡੇ ਮਹਿੰਗੇ ਬਾਜੀ ਮੈਂ ਸਾਰਿਆਂ ਤੇ ਲੈਮੀਨੇਸ਼ਨ ਕਰਾ ਲਈ ਮੈਂ ਕਿਹਾ ਚੁੰਮੀਆਂ ਲਵੋ ਦੰਦੀਆਂ ਨਾ ਵੱਡੋ ਮੈਂ ਅੱਜ ਵੀ ਫਰੂਟ ਮੈਂ ਵੀ ਲੈਣ ਵਾਸਤੇ ਗਈ ਹਾਂ ਹਾਏ ਮੈਂ ਉਹਨਾਂ ਨੇ ਰੈੱਡ ਲਾਈਟ ਲਾਈ ਸੀ ਮੈਂ ਸੇਬ ਲੈ ਕੇ ਘਰ ਗਈ ਤੇ ਆੜੂ ਨਿਕਲੇ ਹਾਂ ਮੈਂ ਕੇਲੇ ਵਾਲੇ ਨੂੰ ਪੁੱਛਿਆ ਕੇਲੇ ਕਿਵੇਂ ਲਾਏ ਨੇ ਕਹਿੰਦਾ ਸਿੱਧੇ ਕਰਕੇ ਲਾਏ ਇਹ ਮਹਿੰਗਾਈ ਨੇ ਤੇ ਬਾਕੀ ਸਾਡੀ ਕਮਰ ਤੋੜਦੀ ਸਾਨੂੰ ਤੇ ਬੜੀ ਪ੍ਰੋਬਲਮ ਹੁੰਦੀ ਨੇ ਸਾਨੂੰ ਤੇ ਸ਼ੇਵ ਵੀ ਕਰਾਉਣੀ ਪੈਂਦੀ ਫਿਰ ਬਾਅਦ ਚ ਮੇਕਅਪ ਵੀ ਕਰਾਉਣਾ ਪੈਂਦਾ ਤੇ ਤੁਹਾਨੂੰ ਮਰੇ ਮਰੋ ਕੀ ਤੇ ਤੁਸੀਂ ਤਾਂ ਬਿਊਟੀ ਪਾਰਲਰ ਜਾਣਾ ਹੁੰਦਾ ਉੱਥੇ ਬੁਟੀਸ਼ੀਅਨ ਨੂੰ ਪੈਸੇ ਦੇਣੇ ਹੁੰਦੇ ਨੇ ਮੁਸੀਬਤਾਂ ਤੇ ਸਾਨੂੰ ਨੇ ਵਿਗਾ ਵੀ ਲਾਓ ਮੇਕਅਪ ਵੀ ਕਰੋ ਸ਼ੇਵ ਵੀ ਕਰੋ ਮੈਂ ਤੇ ਇੰਜ ਸਕਿੰਡ ਤੇ ਤਿਆਰ ਹੋਣੀ ਆ ਓਕੇ ਸਰ ਹੈਲੋ ਕੰਨੀ ਤੇ ਪੁਟੀਨ ਪਰ ਲੱਗੇ ਘੰਟਾ ਲੱਗਦਾ ਸਿੱਧੀ ਗੱਲ ਦੱਸ ਮੇਰੇ ਤੇ ਤਿਆਰ ਹੋਣੀ ਆ ਮੈਂ ਬਿਊਟੀ ਬਾਕਸ ਚ ਬੰਬ ਰੱਖਣੀ ਗੜਦਾ ਉਸੇ ਵੇਲੇ ਤਿਆਰ ਅਜੇ ਹੁਣ ਅਸੀਂ ਪਹਿਲੇ ਥਰੀਡਿੰਗ ਕਰਾਣੇ ਸਨ ਹੁਣ ਤੇ ਅਸੀਂ ਮਹਿੰਗਾਈ ਇੰਨੀ ਹੋ ਗਈ ਹੈ ਅਖਬਾਰ ਨੂੰ ਅੱਗ ਲਾ ਕੇ ਹੁਣ ਸਾੜ ਲਈਦਾ ਹਾਂ ਤੜ 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 ਕਰ ਲਈਦਾ ਹਾਂ ਅੱਛਾ ਨਹੀਂ ਵੈਸੇ ਮਹਿੰਗਾਈ ਦੀ ਵੇ ਤੋਂ ਕੀ ਕਰਦੀ ਘਰ ਚ ਪਹਿਲੇ ਤਾਂ ਤੁਸੀਂ ਗੋਸ਼ ਖਾਦੇ ਸੋੜ ਵੀ ਗੋਸ਼ ਹੀ ਖਾਂਦੇ ਖਾਲੇ ਤੇ ਗੋਸ਼ ਤਾਂ ਪਰ ਮਸਲਾ ਪਤਾ ਕੀ ਹੈ ਪਹਿਲੇ ਇੱਕ ਕਮਾਉਂਦਾ ਸੀ ਸਾਰੇ ਖਾਂਦੇ ਸਨ ਹੁਣ ਸਾਰੇ ਕਰਦੇ ਨੇ ਤੇ ਫਿਰ ਪੂਰੀ ਪੈਂਦੀ ਹੈ ਹਾਏ ਤੇ ਤੁਸੀਂ ਹੁਣ ਕੀ ਖਾਂਦੇ ਹੋ ਮੈਂ ਅੱਜ ਕੱਲ ਬੰਦੇ ਖਾ ਰਹੀ ਤੂੰ ਅੱਗੇ ਧੱਕੇ ਖਾਣੇ ਨੇ ਪਰੇਸ਼ਾਨ ਨਾ ਹੋ ਬੰਦੇ ਖਾਣ ਦੇ ਨੂੰ ਛੋੜ ਦੇ ਇਹਨਾਂ ਮੰਨ ਤੂੰ ਇਹ ਦੱਸ ਕੀ ਖਾਂਦੇ ਹੋ ਹਾਏ ਬਾਜੀ ਥੋੜਾ ਜਿਹਾ ਕੈਚਅਪ ਪਾਇਆ ਹੋਵੇ ਨਾ ਬੜਾ ਮਜ਼ਾ ਆਉਂਦਾ ਮੈਂ ਦੱਸ ਨੇ ਕਿ ਕੀ ਖਾਂਦੇ ਹੋ ਤੁਸੀਂ ਉਹਨਾਂ ਕੋਲ ਉਹ ਹੀ ਖਾਣੀ ਮੈਂ ਜੀ ਬਾਹਰਲੀ ਚੀਜ਼ ਦਾ ਜਿਹੜਾ ਮੈਂ ਕੱਚੇ ਗੋਸ਼ਤ ਖਾਣੇ ਨੇ ਨਹੀਂ ਨਹੀਂ ਜਿਵੇਂ ਸਾਡੇ ਘਰ ਦੇ ਹਾਲਾਤ ਲੈ ਕੇ ਮੈਂ ਇੱਥੇ ਅਰਜੀ ਵੀ ਲੱਗੀ ਆ ਤੇ ਲੇਕਿਨ ਉਸ ਤੋਂ ਬਾਵਜੂਦ ਵੀ ਹੋਸਟ ਹੋਣ ਤੋਂ ਬਾਵਜੂਦ ਵੀ ਪਹਿਲੇ ਮੈਂ ਡੇਲੀ ਸਾਡੇ ਘਰ ਗੋਸ਼ ਪੱਕਦਾ ਸੀ ਕਦੇ ਚਿਕਨ ਪੱਕਦਾ ਸੀ ਕਦੇ ਫਿਸ਼ ਪੱਕਦੀ ਸੀ ਤੇ ਜਦੋਂ ਦੀ ਇਹ ਮਹਿੰਗਾਈ ਹੋਈ ਹੈ ਹੁਣ ਤੇ ਆਲੂਆਂ ਚ ਆਲੂ ਪਾ ਲਈ ਦੇ ਹਾਂ ਮੈਂ ਇੱਕ ਦਿਨ ਮਟਨ ਪਕਾ ਰਹੀ ਸੀ ਮੈਂ ਤੁਹਾਨੂੰ ਕੀ ਦੱਸਾਂ ਬਾਜੀ ਅੱਛਾ ਗੈਸ ਬੰਦ ਹੋ ਗਈ ਹਾਏ ਮੈਂ ਮਰ ਗਈ ਹਾਏ ਮੈਂ ਮਰ ਗਈ ਕਿ ਛੱਤ ਡਿੱਗ ਪਈ ਤੇਰੇ ਉੱਤੇ ਗੈਸ ਹੀ ਬੰਦ ਹੋਈ ਅੱਛਾ
ਫੇਰ ਮੈਂ ਉਹਦੀ ਕੱਚਾ ਗੋਸ਼ਤ ਖਾ ਗਈ। ਮੈਂ ਕੀ ਗੱਲ ਸੁਣੋ ਓਏ, ਤੇ ਜ਼ੈਕਾ ਕੀ ਸੀ? ਕੁਝ ਵੀ ਨਹੀਂ, ਕੱਚਾ ਖਾ ਕੇ ਮੈਂ ਤੋਂ ਪਿਘਲ ਹੋ ਗਈ, ਅੰਦਰ ਭੁੱਜ ਗਿਆ ਮੇਰਾ ਸਾਰਾ। ਇਹਨੂੰ ਕਹਿੰਦੇ ਨੇ ਸ਼ਵਾਏ ਗੋਸ਼ਤ। ਬਸ ਕਰ ਦਿਓ, ਸਾਡੀ ਵੀ ਸੁਣ ਲਓ ਜੀ। ਇਹ ਜਿਹੜਾ ਪ੍ਰੋਗਰਾਮ ਤੁਸੀਂ ਸ਼ੁਰੂ ਕੀਤਾ ਹੈ, ਮੈਨੂੰ ਲੱਗਦਾ ਤੁਸੀਂ ਸਿਰਫ ਦੋਵੇਂ ਆਪਸ 'ਚ ਆਪਣੇ ਮਸਲੇ ਹੱਲ ਕਰਦੇ, ਸਾਡੇ ਤੇ ਕੋਈ ਸੁਣਦਾ ਹੀ ਨਹੀਂ। ਜੈਲਸ ਤੇ ਹੋਰ ਤਾਂ ਹੁੰਦੀ ਹੈ ਜੈਲਸ ਦੀ, ਯਕੀਨ ਕਰੋ। ਤੁਸੀਂ ਔਰਤ ਬਣਨ ਦੀ ਕੋਸ਼ਿਸ਼ ਨਾ ਕਰੋ ਜੀ, ਔਰਤਾਂ ਐਡੀਆਂ ਜੈਲਸ। ਇਹਦੇ ਸਾਡਾ ਕੀ ਕਸੂਰ ਹੈ ਤਾਂ ਤੁਸੀਂ ਸਾਡੇ ਵਰਗੇ ਬਣ ਜਾਓ? ਕਿਉਂ ਬਣ ਜੀ, ਇਹ ਲਾ ਕਰੇ ਐਡੀ ਬਦਦੁਆ ਸਾਨੂੰ। ਹਾਂ ਅਜੇ ਬਦਦੁਆ ਨਹੀਂ, ਸਾਡੀ ਬਦਦੁਆ ਦਿੱਤੀ ਵੀ ਮੈਂ ਤੈਨੂੰ ਦੱਸਾਂਗੇ ਕੀ ਤੋਂ ਕੀ ਹੋ ਜਾਂਦਾ ਸਾਡੀ ਬਦਦੁਆ ਨਾਲ। ਸਾਡੀ ਤੇ ਬਿੱਲੀ ਦੀ ਜਿਹੜੀ ਹੈ ਨਾ ਬਦਦੁਆ ਸਿੱਧੀ ਅਸਮਾਨਾਂ ਤੇ ਜਾਂਦੀ ਹੈ, ਤੈਨੂੰ ਮੈਂ ਦੱਸਾਂ। ਜੀ ਹਾਂ, ਇਹ ਨਾ ਹੋਵੇ ਸੁੱਤੀ ਪਈ ਹੋਵੇ ਤੇ ਐਡੀਆਂ ਐਡੀਆਂ ਮੁੱਛਾਂ ਨਿਕਲ ਆਉਣ ਤੇ ਮੇਰੇ ਆਪਣੇ ਬੰਦੇ ਨੂੰ ਕਹਿਣੀ ਹੋਵੇ ਅਰੇ ਬੰਦੇ ਦਾ ਪੁੱਤਰ ਬਣ ਜਾ। ਅੱਛਾ ਜੀ, ਮੇਰੀ ਗੱਲ ਸੁਣੋ, ਤੇ ਆਇਆ ਤੁਸੀਂ ਬਿਜਲੀਆਂ ਦੇ ਬਿੱਲ ਭਰ ਰਹੇ ਹੋ, ਟੈਕਸ ਦੇ ਟੈਕਸ ਪੇਡ ਹੋ ਤੁਸੀਂ? ਅੱਲਾ ਮਾਫ ਕਰੇ, ਇੰਨੇ ਟੈਕਸ ਲੱਗ ਗਏ, ਇੰਨੇ ਕੀ ਕਰੀਏ, ਕਿੱਥੇ ਜਾਈਏ? ਤੁਸੀਂ ਵੀ ਫਾਈਲਰ ਹੋ? ਹਾਂ ਮੈਂ ਫਾਈਲਰ। ਫਾਈਲਰ ਮਤਲਬ ਕਿ ਤੁਸੀਂ ਵੀ ਟੈਕਸ ਦਿੰਦੇ ਹੋ? ਦੇਣਾ ਹੈ ਟੈਕਸ, ਦੇ ਕੇ ਅਸੀਂ ਕਿੱਥੇ ਜਾਣਾ, ਨਾ ਟੈਕਸ ਦੇਵਾਂਗੇ। ਅੱਛਾ, ਤੁਸੀਂ ਆਪਣੇ ਅਸਾਸੇ ਸ਼ੋਅ ਕੀਤੇ ਨੇ ਗਵਰਨਮੈਂਟ? ਕਿਹੜੇ ਅਸਾਸੇ? ਸਾਡੇ ਕੋਲ ਬੱਚੇ ਕੀ ਹੈ ਬੱਚੇ ਕੀ? ਤੁਸੀਂ ਆਪਣੇ ਅਸਾਸੇ ਸ਼ੋਅ ਕੀਤੇ? ਮੈਂ ਤੇ ਕੀਤੇ ਨੇ ਕਦੋਂ ਦੇ? ਸੋਹਣੀ ਲੱਗ ਰਹੀ ਹੈ ਜੀ, ਤੁਸੀਂ ਕਿਸੇ ਦੇ ਪੈਸੇ ਦੇਣੇ ਨੇ? ਫੋਨ ਕਰ ਰਹੀ ਹੈ, ਮੈਂ ਪ੍ਰੋਗਰਾਮ ਚ ਇਹਨੂੰ ਬੈਠਿਆ ਵੇਖਿਆ ਤੇ ਮੈਨੂੰ ਮੇਰੇ ਪੈਸੇ ਦਵਾ ਦੇ। ਛੋਟੀ ਭੈਣ ਹੈ ਉਹਦੀ, ਸੋਰੀ ਮੈਂ ਬੰਦ ਹੀ ਕਰ ਦਿੱਤਾ। ਆਈ ਐਮ ਸੋਰੀ, ਤਾਂ ਤੁਸੀਂ ਆਪਣੇ ਅਸਾਸੀ ਸ਼ੋਅ ਕੀਤੇ ਨੇ? ਹਾਂ, ਕਿਉਂ ਨਹੀਂ, ਅਸਾਸੇ ਮੈਂ ਸ਼ੋਅ ਕੀਤੇ ਨੇ। ਨਹੀਂ, ਮੈਂ ਕਿੰਨੇ ਮਕਾਨ ਨੇ ਤੁਹਾਡੇ? ਮੇਰੇ ਅਲਹਮਦੁਲਿਲਾ 4 ਮਕਾਨ ਨੇ। ਅੱਛਾ, 2 ਕਿਰਾਏ ਤੇ ਦਿੱਤੇ ਨੇ, 2 ਮੈਂ ਉਂਝ ਦਿੱਤੇ, 1 ਚ ਮੈਂ ਆਪ ਰਹਿ ਰਹੀ ਹਾਂ। ਅੱਛਾ ਗੁਰ, ਤੇ ਤੁਹਾਡੇ ਕਿੰਨੇ ਘਰ ਨੇ ਜੀ? ਮੇਰੇ ਕੋਲ ਇੱਕ। ਹਾਂ ਤੂੰ ਦੱਸ ਦੇ, ਮੰਨੀ ਮੈਂ, ਤੂੰ ਦੱਸ ਦੇ। ਚਪਣੀ ਲੈ ਕੇ ਡੁੱਬ ਮਾਰ, ਤੂੰ ਮਾਰ। ਅੱਛਾ ਮੈਨੂੰ ਦੱਸੋ, ਇਹ ਹੁਣ ਮਾਮਲਾ ਚੱਲਣਗੇ ਕਿਵੇਂ? ਹੁਣ ਤੇ ਜਿੰਨੇ ਘਰ ਦੇ ਫਰਦ ਨੇ ਸਾਰੇ ਕਮਾਨ ਤੇ ਘਰ ਦਾ, ਕਿਧਰ ਜਾ ਕੇ ਖਰਚਾ ਪੂਰਾ ਹੁੰਦਾ ਤੇ ਕੀ ਕਰੀਏ? ਉਹ ਬਿੱਲਾਂ ਦੇ ਪੈਸੇ, ਟੈਲੀਵਿਜ਼ਨ ਦੇ ਪੈਸੇ, ਹਰ ਚੀਜ਼ ਦੇ ਪੈਸੇ। ਉਂਝ ਜੇ ਬੰਦਾ ਰੋਡ ਤੇ ਜਾਣ ਡਿਆ ਹੋਵੇ ਤੇ ਤੁਹਾਨੂੰ ਈ ਚਲਾਨ ਆ ਜਾਂਦਾ ਹੈ, ਉਹ ਬੰਦਾ ਜ਼ੇਬਰਾ ਕ੍ਰਾਸਿੰਗ ਨਾ ਕਰਾਵੇ ਉੱਥੇ ਚਲਾਨ ਹੋ ਜਾਂਦਾ, ਬੰਦਾ ਹੈਲਮਟ ਨਾ ਪਾਵੇ ਉੱਥੇ ਚਲਾਨ ਹੋ ਜਾਂਦਾ, ਅਸੀਂ ਨੱਚੀਏ ਨਾ ਸਹੀ ਤਰੀਕੇ ਨਾਲ ਸਾਨੂੰ ਉਹਦੇ ਤੇ 17% ਦੇਣਾ ਪੈਂਦਾ ਸੀ। ਹੈਲਮਟ ਦਾ ਲਾਹੌਰ 'ਚ ਬੜਾ ਫਾਇਦਾ ਬਾਜੀ ਹੋਇਆ, ਉਹ ਕੀ ਹੈ, ਜਿਹਦੇ ਪੈਸੇ ਦੇਣੇ ਉਹਦੇ ਸਾਹਮਣੇ ਫਿਰੀ ਜਾਓ ਹੈਲਮਟ ਪਾ ਕੇ। ਇਟਸ ਵੈਰੀ ਨਾਈਸ, ਬਹੁਤ ਅੱਛਾ ਆਈਡੀਆ, ਗਲੀ ਬੰਦ ਇਧਰੋਂ ਨਿਕਲ, ਆਈਡੀਆ ਬਹੁਤ ਅੱਛਾ। ਜਿਹਦੇ ਪੈਸੇ ਦੇਣੇ ਹੋਏ ਉਹਦੇ ਸਾਹਮਣੇ ਹੈਲਮਟ ਪਾ ਕੇ ਫਿਰੀ ਜਾਓ, ਤੁਹਾਨੂੰ ਕੱਖ ਵੀ ਨਹੀਂ ਆਉਣਾ। ਅੱਛਾ ਜੀ, ਤੁਸੀਂ ਦੱਸੋ ਇਹ ਤੁਹਾਡਾ ਬੰਦੇ ਦੀ ਸੈਲਰੀ ਕਿੰਨੀ ਹੈ? ਕੀ ਦੱਸਾਂ, ਨਾ ਪੁੱਛੋ, ਟੈਕਸ ਲੱਗ ਜਾਏਗਾ। ਅੱਛਾ, ਵਾਹ 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 ਵਾਹ, ਤੇ ਚੋਰੀ ਲੈ ਕੇ ਆਉਂਦੇ, ਡਾਕੂ ਡਾਕਾ ਮਾਰਦੇ ਨੇ? ਪਾਗਲ ਹੋ, ਤੁਹਾਨੂੰ ਦੱਸਿਆ ਸੀ ਸਿੰਗਰ ਹੈਗੇ ਨੇ। ਅੱਛਾ ਸਿੰਗਰ ਨੇ, ਦੱਸੋ ਤੁਸੀਂ ਨਾ, ਤੁਸੀਂ ਆਪ ਜਦੋਂ ਤੱਕ ਮੁਲਕ ਕੌਮ ਕਿਵੇਂ ਤਰੱਕੀ ਕਰੇਗੇ ਜਦੋਂ ਤੱਕ ਤੁਸੀਂ ਦੱਸੋਗੇ ਨਹੀਂ ਕਿ ਰਾਤੀ ਦੀ ਸੀਰਪ ਲਿਆ, ਪਤਾ ਨਹੀਂ ਤਬੀਅਤ ਠੀਕ ਨਹੀਂ। ਮੇਰੀ ਗੱਲ ਸੁਣੋ ਜੀ, ਤੁਸੀਂ ਫੀ ਫੰਕਸ਼ਨ ਕੀ ਕਮਾਉਂਦੇ ਹੋ? ਅਸੀਂ ਫੀ ਫੰਕਸ਼ਨ, ਭਾਜੀ ਸ਼ੁਰੂ 'ਚ ਮੈਂ ਤਾਂ ਪਹਿਲੇ ਨੌਕਰੀ ਵਾਸਤੇ ਨਾ ਬੜੀ ਦਰਬ ਦਰ ਕੀਤੀ, ਮੈਂ ਯਕੀਨ ਕਰਨਾ ਇੰਨਾ ਕੁ ਪੜ੍ਹੀ ਹਾਂ। ਤੁਸੀਂ ਕਿੰਨਾ ਕੁ ਪੜ੍ਹੇ ਹੋ? ਮੈਂ ਤਾਂ ਇੱਥੋਂ ਲੈ ਕੇ ਸ਼ੇਖਪੁਰੇ ਤੱਕ। ਨਹੀਂ ਨਹੀਂ, ਪੜ੍ਹਾ ਕਿੰਨੇ ਪੜ੍ਹੇ, ਕਿੰਨਾ ਕੁ ਪੜ੍ਹੇ? ਮੈਂ MA ਕੀਤਾ। ਅੱਛਾ, MA? ਅੱਛਾ, ਵੈਰੀ ਨਾਈਸ। ਮੈਂ ਡਿਗਰੀਆਂ ਲੈ ਕੇ ਮੈਂ ਫਿਰਦੀ ਨਹੀਂ, ਨੌਕਰੀ ਨਹੀਂ ਮਿਲੀ, ਫਿਰ ਮੈਂ ਰੂਪ ਧਾਰ ਲਿਆ। ਹਾਏ ਹਾਏ, ਤੇ ਕਿੰਨਾ ਇੱਕ ਦਿਨ 'ਚ ਕਮਾ ਲੈਂਦੇ ਹੋ? ਮੈਂ ਬੜੇ ਪੈਸੇ ਕਮਾਉਣੀ। ਰਾਣਾ ਸਾਹਿਬ ਦੀ ਮੁੱਛਾਂ ਦਾ ਜਿਹੜਾ ਵਾਲ ਸੀ ਮੇਰੇ ਨਾਸਾਂ 'ਚ, ਮੈਨੂੰ ਇੱਛਾ ਆ ਗਈ। ਰਾਣਾ ਸਾਹਿਬ ਨੇ ਜੁੱਤੀ ਲਾ ਲਈ, ਕਹਿੰਦੇ ਪੈਸੇ ਸਾਡੇ ਹੀ ਆਦਾ ਕਿਸੇ ਹੋਰ ਦੀ। ਉਹ ਜੂਤ ਚੱਲਿਆ ਬਾਜੀ, ਉਹ ਜੂਤ ਚੱਲਿਆ। ਕੋਈ ਜ਼ਿੰਦਗੀ ਦਾ ਕੋਈ ਯਾਦਗਾਰ ਵਾਕਿਆ ਤੁਸੀਂ ਸੁਣਾਓ। ਮੈਂ ਇੱਕ ਪਿੰਡ ਦਾ ਫੰਕਸ਼ਨ ਕਰਨ ਚਲੇ ਗਈ ਬਾਜੀ। ਅੱਛਾ, ਪਹਿਲਾਂ ਤੇ ਉਹਨਾਂ ਨੇ ਟੇਪ ਲਾਈ ਤੇ ਮੈਨੂੰ 1.5 ਘੰਟਾ ਨਚਾਉਂਦੇ ਰਹੇ, ਬੱਤੀ ਬੰਦ ਹੋ ਗਈ। ਫਿਰ ਉਹਨਾਂ ਨੇ ਮਰ ਜਾਣੇ ਨੇ ਆਪਣਾ ਜਨਰੇਟਰ ਸਟਾਰਟ ਕਰ ਲਿਆ, ਹਾਂ 1.5 ਘੰਟਾ ਫਿਰ ਟਕ ਟਕ ਤੇ ਨੱਚੀ, ਫਿਰ ਉਹਦਾ ਪੈਟਰੋਲ ਮੁੱਕ ਗਿਆ, ਫਿਰ ਮਰ ਜਾਣੇ ਨੇ ਟਰੈਕਟਰ ਤੇ ਟੇਪ ਲਾ ਲਈ। ਮੈਨੂੰ ਪੈਲੀਆਂ ਦੇ ਵਿੱਚ ਖਲਾਰਤਾ ਤੇ ਆਲੇ ਦੁਆਲੇ ਟਰੈਕਟਰ ਫਿਰ ਰਿਹਾ, ਜਿਵੇਂ 72 ਘੰਟੇ ਸਾਈਕਲ ਚੱਲ ਰਹੀ ਹੈ। ਹਾਂ, 72 ਘੰਟੇ। ਉਹ ਜਦੋਂ ਟਰੈਕਟਰ ਮੇਰੇ ਕੋਲ ਆਵੇ ਤੇ ਮੈਨੂੰ ਗਾਣੇ ਦੀ ਆਵਾਜ਼ ਆ ਜਾਵੇ, ਜਦੋਂ ਦੂਰ ਜਾਵੇ ਤੇ ਆਵਾਜ਼ ਨਾ ਆਵੇ। ਕਿਵੇਂ? ਆ ਗਿਆ ਮਸਤੀ ਬਣ ਕੇ ਪਿਆਰ ਲੁੱਟ ਮੌਜ ਬਾ, ਇਹ ਹੋ ਗਿਆ ਸੀ ਮੇਰਾ।
ਵਿੱਚ ਤੋਂ ਗਾਣੇ ਦੇ ਵਿੱਚ ਇਹੋ ਜਿਹਾ ਸਪੀਡ ਬ੍ਰੇਕਰ ਬਣਾਇਆ ਨਾ, ਇਹਦਾ ਮਜ਼ਾ ਆ ਰਿਹਾ ਸੀ। ਉਹ ਆਜੂ ਬਾਜੀ ਕੱਟੀ ਜਾਂਦੀ ਸੀ ਕਿ ਅੱਜ ਗਿਆ ਤੇ ਦੂਰ ਹੋਇਆ ਤੇ ਗਾਣਾ ਇਹ ਕਿੱਦਾਂ ਤੇ ਦੂਰ ਹੋਇਆ। ਅੱਛਾ ਜੀ, ਤੁਸੀਂ ਬੜੇ ਚਲਾਕ ਤੁਸੀਂ ਪੇਂਡੂ ਤੇ ਖੁਸਰਿਆਂ ਦਾ ਮੁਜਰਾ ਇੰਜ ਵੇਖਦੇ ਕੁੱਤਿਆਂ ਦੀ ਦੌੜ ਹੁੰਦੀ ਜੀ। ਬਾਜੀ ਸਹੀ ਕਹਿ ਰਹੀ ਹੈ, ਸਾਨੂੰ ਗੱਲਾਂ ਚਲਾ ਕੇ ਆਪਣੀ ਇਨਕਮ ਤੁਸੀਂ ਨੇ ਸ਼ੋਅ ਕਰਾ ਰਹੇ, ਵਜ੍ਹਾ ਕੀ ਨਹੀਂ? ਇਨਕਮ ਤੇ ਸਾਡੀ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਪਹਿਲੇ ਮੈਂ ਜ਼ਹਿਰ ਜੀ ਗੱਲ ਕਿ ਨੌਕਰੀ ਨੌਕਰੀ ਵਾਸਤੇ ਵੀ 25,000 ਰੁਪਏ ਸਾਨੂੰ ਪਹਿਲੇ ਜੋਬ ਦੇ, ਲੇਕਿਨ ਜਦੋਂ ਤੋਂ ਅਸੀਂ ਡਾਂਸ ਵਾਸਤੇ ਪ੍ਰੋਗਰਾਮ ਅਸੀਂ ਕਰਨ ਲੱਗ ਪਏ ਹਾਂ ਤੇ ਬਿਹਤਰੀਨ ਸੈਲਰੀ ਲੱਗ ਗਈ ਹੈ ਸਾਡੀ। ਕਿਹੜੀ ਸੈਲਰੀ ਦੱਸਣਾ? ਜਿੰਨੇ ਅਸੀਂ ਡਾਂਸ ਕਰ ਰਹੇ ਹਾਂ, ਦੱਸ ਦਿਓ ਕਿ 5-6 ਲੱਖ ਰੁਪਏ ਦਾ ਫੰਕਸ਼ਨ ਹੁੰਦਾ। ਤੁਸੀਂ ਮੈਨੂੰ ਆਪਣਾ ਦੱਸੋ ਨਾ, ਬਸ ਮਹੀਨੇ ਦਾ ਕਿੰਨਾ ਕੁ ਕਮਾ ਲੈਂਦੇ ਹੋ? ਉਹ ਵੀ ਅਸੀਂ ਟੈਕਸ ਪੇਡ ਹੈਗੇ ਆ, ਅਸੀਂ ਉਹਨਾਂ ਟੈਕਸ ਦਿੰਦੇ ਹਾਂ ਜਿੰਨਾ ਵੀ ਕਮਾਉਂਦੇ ਹਾਂ, ਅਸੀਂ ਫਾਈਲਰ ਲੋਕ ਹੈਗੇ ਆ। ਨਾਲੇ ਸਾਡੇ ਵਰਗਾ ਤਾਂ ਡਾਂਸ ਕਰ ਹੀ ਨਹੀਂ ਸਕਦਾ। ਅੱਛਾ ਬਿਲਕੁਲ, ਮੈਂ ਤੇ ਮੋਚੀ ਕਿੱਲਾਂ ਦੇ ਉੱਤੇ ਡਾਂਸ ਕਰਨ ਵਾਲੀ ਹੂਰ ਆ। ਕਿਹਦੇ ਤੇ? ਮੋਚੀ ਕਿੱਲ ਉਹ ਕੀ ਥੱਲੇ ਵਿਛਾ ਕੇ ਮਰ ਜਾਣੀ ਹੈ, ਹੋਰ ਕੀ। ਅਸੀਂ ਤੇ ਯਕੀਨ ਕਰਨਾ ਕਿ ਸਾਨੂੰ ਉਹ ਵੀ ਫਾਇਦਾ ਕਿ ਸਾਨੂੰ ਕੋਈ ਵੇਲ ਨਾ ਵੀ ਦੇਣਾ, ਅਸੀਂ ਆਟਾ ਵੀ ਲੈ ਲੈਂਦੇ ਹਾਂ, ਗੁੜ ਦੀ ਰੋੜੀ ਵੀ ਲੈ ਲੈਂਦੇ ਹਾਂ, ਯਕੀਨ ਕਰਨਾ। ਅੱਛਾ, ਮਹਿੰਗਾਈ ਨੇ ਹੁਣ ਤੁਹਾਡੇ ਜੀ ਮੂੰਹ ਬੰਦ ਕਰਨੇ ਨੇ ਕਿ ਨਹੀਂ ਕਰਨੇ, ਜਾਂ ਮੇਕਅਪ ਕਰਨਾ ਤੁਸੀਂ ਛੱਡਣਾ ਕਿ ਨਹੀਂ ਛੱਡਣਾ? ਇਹ ਮੂੰਹ ਤੋਂ ਫੇ ਮੇਰੇ ਗੋਡੇ ਨਾਲੋਂ ਭੈੜਾ ਮੂੰਹ ਖਬਰ ਦਾ ਫੇਰ ਕੋਈ ਮੱਕ ਕਿਸੀ ਹੈ ਨਾ ਇਹ ਬੱਦੇ ਬਾਦ ਬੱਦੇ ਦਾ ਹੱਕ ਮਾਰ ਗਈ ਤੇ ਆਰਾਮ ਨਾਲ ਦੇ ਦੇ ਤੇ ਦੇ ਪੁੱਤਰ ਬਾਦ ਮੈਂ ਤੇ ਮਾਰਨਾ ਚੱਲ ਸਹੀ ਤੇ ਮੇਰੀ ਗੱਲ ਸੁਣ ਤੂੰ ਤੂੰ ਇਹਦਾ ਸੀ ਬਾਰੇ ਪਿਛਲੀ ਵਾਰ ਵੀ ਤੂੰ ਬਾਦ ਨਹੀਂ ਕੀਤੀ ਮੈਂ ਤਾਂ ਦੱਸਾਂ ਸਹੀ ਤੇ ਦੇ ਪੁੱਤਰ ਬਾਦ ਵੇ ਕੀ ਗੱਲ ਹੈ ਜੀ ਤੈਨੂੰ ਕੀ ਗੱਲ ਹੈ ਤੈਨੂੰ ਆਪ ਚੁੱਕਦੇ ਆਂਗੇ ਮੈਂ ਤੈਨੂੰ ਦੱਸਾਂ ਮੈਂ ਤੇਰਾ ਚੈਨਲ ਚੁਗਨ ਸਾਰਾ ਘਾਟੂ ਦੇਣਾ ਮੈਂ ਤੈਨੂੰ ਦੱਸਾਂ ਮੈਨੂੰ ਤੇਰਾ ਪਤਾ ਨਹੀਂ ਮੈਂ ਕਿਹੋ ਜੀ ਬਦਵਾ ਦੇ ਨਹੀਂ ਆ ਮੈਂ ਤੈਨੂੰ ਦੱਸਾਂ ਫਿਰ ਹੁਣ ਚੁੱਪ ਕਰ ਇੱਕ ਮਿੰਟ ਹਾਈ ਵਿਊਅਰਸ ਹਾਈ ਨੂੰ ਮਰ ਗਈ ਹਾਈ 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 ਸੌਰੀ ਜਲ ਥਲ ਪ੍ਰੋਗਰਾਮ ਤੇ ਜਲ ਥਲ ਪ੍ਰੋਗਰਾਮ 'ਚ ਇਜਾਜ਼ਤ ਚਾਹੁੰਦੇ ਹਾਂ, ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਇਜਾਜ਼ਤ ਦਿਓ ਆਪਣੇ ਮੁਸ਼ਤਾਕ, ਮੇਰੇ ਬਬਲੀ ਉਸ ਮੁਸ਼ਤਾਕ, ਨਮਸਕਾਰ।